بسم الله الرحمن الرحيم. اللهم كن لوليك الحجة ابن الحسن صلواتك عليه وعلى آبائه في حوض الساعة وفي كل ساعة من ساعة الليل والنهار ولياً وحافظاً وقائداً وناصراً ودليلاً وعيناً حتى تسكنه ورزقته وتمتعه فيها طويلا. يا مدبر الأمور يا بائس من في القبور يا مجري البحور يا ملين الحديد لداود عليه الصلاة والسلام. يا رب الحسين بحق الحسين عليه السلام وادركني مولا. اللهم صل على محمد وآل محمد يا قائم يا آل محمد. میرے محترم معزز عزت بختاں نصیباں والے عزاداران مظلوم کربلا موالیان حیدر کرار میں حقیر فقیر گناہگار دی پاک ممبر تے دعا ہے خلاق عالم صدقہ اس پاک گھر دا جس گھر وچ اللہ 14 قرآن نازل فرمائے مولا بانی مجلس میرے محترم بھائی دا عظیم خرچ عظیم عزاداری پرساداری مولا قبول فرمائے. مولا نال بچیاں خاندان مومنین دے مولا بانی صاحب نو سلامت رکھے. جتنے عزادار اس مقام تے موجود ہیں مولا تواڈی عبادت قبول فرمائے. زاکرین دی نوکری امڑی حسین دی قبول فرما. مالک سانو او نگریاں وکھا. بہت وڈی دعا منگدا سارے آمین آکھنا ہے. اللہ واسطہ ہی کربلا والیاں دا اللہ تیری بارگاہ چلتے جا ہے سانو او مقام وکھا اللہ جتھے آپ رہندا ہے. کربلا شام جنت البقیع بیت اللہ دا سلام نصیب فرما. وارث دا ظہور ہووے سرداراں دی شاہی ہووے مدینے والے انج وس پویں اللہ جی میں وس دے. بہت سونی سلوات سناؤ شالا وسو پے کچھ یاد بسم اللہ اپنی حاجات دی قبولیت واسطے پھر بھی اچھی سلوات سناؤ تھوڑے بچے. ذکر مکمل نہیں ہوتا عبادت مکمل نہیں ہوتی. اللہ او عبادت ویدھا ہی نہیں جس وچ علی شریک نے. اپنی عبادت مجلس پاک اور تھوڑی عبادت نو مکمل کرنے واسطے التجا ہے سارے حلالی موالی مل کے ایک نعرہ سناؤ تاکہ عبادت مکمل ہو جائے.
ਜਿਉ ਹੈ। ਚਲੋ ਕਿ ਅੱਜ ਦੀ ਮਜਲਿਸ ਬਹੁਤ ਅਜ਼ੀਮ ਇਬਾਦਤ ਹੈ, ਮੁਖਤਲਿਫ ਹੈ। ਅੱਜ ਸਿਰਫ ਜਨਾਜ਼ੇ ਬਰਾਮਦ ਪਏ ਹੋਣ ਔਰ ਪਰਦੇਦਾਰ ਬੁੱਢੜੀ ਬੀਬੀ ਰੋ ਕੇ ਆਦੀ ਹੈ, ਦੁਆ ਮੰਗ ਮੇਰੇ ਪੁੱਤਰ ਨੂੰ ਕੈਂਸਰ ਹੈ। ਅੱਜ ਮੈਂ ਅਕੀਦੇ ਵਾਲਾ ਬੰਦਾ ਔਰ ਬਾਤਾਂ ਉਹ ਕਰਦਾ ਜਿਹੜੀਆਂ ਮੇਰੇ ਕੋਲੋਂ ਹੋਵੇ, ਵਰਨਾ ਮਿੰਬਰ 'ਤੇ ਮੈਂ ਫਜ਼ੂਲ ਬਾਤ ਕਦੇ ਨਹੀਂ ਕੀਤੀ। ਅਲਾਮਾ ਬਸ਼ੀਰ ਫਾਤੇ ਟੈਕਸ ਦਾ ਬੱਚਿਆਂ ਨੂੰ ਨਹੀਂ ਪਤਾ, ਬਜ਼ੁਰਗ ਬੀਬੀ ਦੀ ਦੁਆ ਤੋਂ ਗੱਲ ਯਾਦ ਆਈ ਹੈ। ਤਕਲੀਫ ਹੋ ਗਈ, ਗੱਲ ਸੁਣਦੇ ਪਏ ਇਹ ਬੀਬੀਆਂ ਵੀ ਸੁਣੇ, ਮਜਲਿਸ ਵਿੱਚ ਆਇਆ ਤੇ ਸੁਣਿਆ, ਸਲਾਮ ਵੀ ਕਰੋ ਕਿਉਂਕਿ ਇਬਾਦਤ ਹੈ। ਲੇਕਿਨ ਜਨਾਜ਼ਿਆਂ ਦੀ ਬਰਾਮਦਗੀ ਹੈ, ਅੱਜ ਪੁਰਸਾ ਦਿਓ, ਪੁਰਸਾ ਦੇ ਕੇ ਬਹਿ ਜਾਓ, ਆਜ਼ਾਦਾਰੀ 'ਚ ਖਲਲ ਨਾ ਪਾਣਾ। ਘਰੋਂ ਟੁੱਟਦੇ ਹੋ ਨਾ ਮਾਲਕਾਂ ਨੂੰ ਤੁਹਾਡੀ ਨੀਅਤ ਦਾ ਪਤਾ ਹੈ, ਇਹ ਠੀਕ ਹੈ ਨਾ। ਇੱਥੇ ਆ ਕੇ ਕਿਸੇ ਦੀ ਵਜ੍ਹਾ ਤੋਂ ਕਿਸੇ ਦੀ ਹਾਂਜੋ ਰੁਕ ਜਾਏ, ਬਸ ਇਸ ਚੀਜ਼ ਦਾ ਖਿਆਲ ਕਰਨਾ। ਬਾਕੀ ਬਾਦਸ਼ਾਹ ਹਨ, ਇਹ ਸਾਡੀ ਜ਼ਿੰਦਗੀ ਹੈ, ਇਹਨਾਂ ਦੇ ਵਾਸਤੇ ਜੀਂਦੇ ਹੈ, ਇਹਨਾਂ ਦੇ ਵਾਸਤੇ ਜ਼ਿੰਦਾ ਹੈ। ਇਹ ਕੌਮ ਹੈ ਔਰ ਅਸਾਂ ਖਲਕੀ ਇਨ੍ਹਾਂ ਦੇ ਰੋਮਣ ਵਾਸਤੇ ਹੋਇਆ। ਗੱਲ ਦੀ ਸਮਝ ਆਉਂਦੀ ਪਈ? ਖਸੂਸਾਂ ਨੇ ਬੱਚੇ ਬੀਬੀਆਂ ਕਿਉਂਕਿ ਜਦੋਂ ਜਨਾਜ਼ੇ ਦੀ ਬਰਾਮਦਗੀ ਨੇੜੇ ਹੋਵੇ ਉਸ ਵੇਲੇ ਖਿਆਲ ਕੀਤਾ। ਅਲਾਮਾ ਬਸ਼ੀਰ ਸਾਹਿਬ ਮੈਂ ਗਿਆ ਉੱਥੇ ਟੈਕਸ ਲਏ, ਮਜਲਸ ਪੜ੍ਹੀ, ਕਿਉਂਕਿ ਪੁਰਾਣਾ ਇਲਾਕੇ ਦਾ, ਉੱਥੋਂ ਦੇ ਮੈਨੂੰ ਉਹਨਾਂ ਦੇ ਬੱਚਿਆਂ ਗੱਲ ਸੁਣਾਈ ਵੀ ਵਾਲੇ ਸਾਹਿਬ ਤਕਲੀਫ ਵਿੱਚ ਆ ਗਏ, ਟੈਕਸ ਦਾ ਬੜਾ ਸ਼ਹਿਰ ਹੈ, ਗੈਰ ਮੁਲਕੀ ਡਾਕਟਰ ਇਹਨੇ ਉੱਤੇ ਕਿਬਲਾ ਮੈਂ ਕਿ ਚੈੱਕਅਪ ਕਰਾਇਆ, ਉਹਨਾਂ ਆਖਿਆ ਜਨਾਬ ਨੂੰ ਇਹ ਤਕਲੀਫ ਹੈ ਜਿਹੜੀ ਬੀਬੀ ਦੱਸੀ, ਕੈਂਸਰ ਹੈ। ਸੁਣਦੇ ਪਏ? ਬੜੇ ਪਰੇਸ਼ਾਨ, ਮੁੱਦਤ ਸਰਕਾਰਾਂ ਦੀ ਸ਼ਨਾਖਾ ਨਹੀਂ ਕੀਤੀ, ਮੌਲਾ ਏਡਾ ਮਕਾਮ ਦਿੱਤਾ, ਫਾਤੇ ਟੈਕਸ ਦਾ ਬਣਾਇਆ, ਇਹ ਮੂਜੀ ਮਰਜ਼ ਨਾ ਮੁਰਾਦ, ਅਦਾ ਬੜੀ ਟੈਨਸ਼ਨ, ਬੜੀ ਪਰੇਸ਼ਾਨੀ। ਅੱਧਾ ਰਾਤੀ ਮੁਸੱਲਾ ਵਿਛਾ ਕੇ ਹਦੀਆ ਕੀਤਾ, ਨਮਾਜ਼ ਪੜ੍ਹੀ, ਪਾਕ ਸੈਯਦਾ ਸਲਾਮੁੱਲਾ ਅਲੈਹਾ ਦੀ ਨਮਾਜ਼ ਹਦੀਆ ਕਰਕੇ ਰੋ ਕੇ ਫਰਿਆਦ ਕੀਤੀ, ਪਾਕ ਬੀਬੀ ਮੈਂ ਤਾਂ ਗੁਨਾਹਗਾਰ ਖਤਾਕਾਰ, ਆਪ ਇਹ ਇੱਜ਼ਤਾਂ ਦਿੱਤੀਆਂ ਹੀ ਨੇ, ਇਹ ਫਾਤੇ ਟੈਕਸ ਦਾ ਬਣਾਇਆ, ਇਹਦੀਆਂ ਇੱਜ਼ਤਾਂ, ਏਡਾ ਮਕਾਮ, ਤੁਹਾਡੇ ਜ਼ਿਕਰ ਦਾ ਸਦਕਾ। ਬੀਬੀ ਮੌਤ ਹੱਕ ਕੇ ਮੈਨੂੰ ਤੇਰੇ ਪੁੱਤਰਾਂ ਦੀ ਸੌਵੇਂ, ਮੈਨੂੰ ਮੌਤ ਦਾ ਡਰ ਨਹੀਂ। ਡਰਨਾ ਹੀ ਕਿਉਂ,
ਮੈਂ ਕਿਹਾ ਬੀਬੀ ਮੇਰਾ ਇੱਕੋ ਸਵਾਲ ਹੈ, ਹੋਵਾਂ ਤੇਰੇ ਪੁੱਤਰ ਦਾ ਜ਼ਾਕਿਰ ਅਤੇ ਏਡੀ ਬੁਰੀ ਮਰਜ਼ ਹੈ ਮੇਰੀ ਸਹਿਣ? ਲੋਕ ਕੀ ਆਖਸਨ, ਹੁਸੈਨ ਦਾ ਜ਼ਾਕਿਰ ਕੈਂਸਰ ਨਾਲ ਮਰ ਗਈ। ਗੱਲਾਂ ਸੁਣੀਆਂ ਕਰੋ, ਅੱਜ ਕੱਲ੍ਹ ਬੰਦੇ ਸ਼ੀਆਂ ਦੇ ਘਰ ਜੰਮ ਪੈਣ ਬਸ, ਆਜ਼ਾਦਾਰਾਂ ਦੇ ਘਰ ਜੰਮ ਪੈਣ ਬਸ, ਅਕੀਦੀ ਔਰਾਂ ਛੁੱਟੀ ਤੇ, ਅਕੀਦਾ ਕੱਖ ਨਹੀਂ ਬੰਦਿਆਂ ਕੋਲ। ਸੁਣੋ ਅਕੀਦਾ ਹੈ ਮੇਰੀ ਸਹਿਣ, ਲੋਕ ਕੀ ਆਖਸਨ ਕਿ ਹੁਸੈਨ ਦਾ ਜ਼ਾਕਿਰ ਅਤੇ ਏਡੀ ਬੁਰੀ ਮਰਜ਼ ਨਾਲ ਮਰ ਗਿਆ। ਅਦਾ ਰੋ ਕੇ ਮੈਂ ਦੁਆ ਮੰਗ ਕੇ ਸੁੱਤਾ, ਖਾਬ ਵਿੱਚ ਪਾਕ ਤਸ਼ਰੀਫ ਲੈ ਆਏ, ਖਾਬ ਵਿੱਚ ਬੀਬੀ ਤਸ਼ਰੀਫ ਲੈ ਆਏ ਅਤੇ ਬੀਬੀ ਫਰਮਾਇਆ ਪਰੇਸ਼ਾਨ ਹੋ ਗਈ ਹੈ, ਬੀਬੀ ਆਪ ਜਾਣਦੇ ਹੋ ਮੂਜ਼ੀ ਮਰਜ਼ੇ ਗੰਦੀ ਮਰਜ਼ੇ, ਬਹੁਤ ਉਂਝ ਮਰ ਬੇਸ਼ੱਕ ਮਰ ਜਾਵਾਂ। ਅੱਛਾ ਇੰਝ ਕਰ, ਘਰ ਮਜਲਸ ਕਰਾਂ ਅਤੇ ਕਪਾਹ ਲੈ, ਕਪਾਹ ਆ ਫੁੱਟੀ ਹਰ ਮੂਮੈਨ ਨੂੰ ਦੇ ਫੁੱਟੀ, ਜੇ ਲੈ ਰੋਮੈਨ ਉਹ ਹੰਝ ਉਸ ਕਪਾਹ 'ਚ ਜਜ਼ਬ ਕਰੇ, ਉਸ ਕਪਾਹ 'ਚ ਉਹ ਹੰਝ ਲੈ ਲਵੇ, ਜੇ ਲੈ ਮਜਲਿਸ ਮੁੱਕੇ ਉਹ ਸਾਰੀ ਕਪਾਹ ਲੈ ਕੇ ਨਾ ਜਿੱਥੇ ਤਕਲੀਫ ਹੈ ਉੱਥੇ ਮਨ ਕਈ ਸੋਹਣੀ ਸਮਝ ਆਉਂਦੀ ਪਈ ਹੈ। ਔਰ ਉਹਨਾਂ ਆਖਿਆ ਕਦੀਮੀ ਮਾਨ ਵਰਗਾ ਰਾਵਲ ਪਿੰਡੀ ਬਰਕਸੀ ਮਾਮ ਵਰਗਾ ਕਦੀਮੀ, ਜਿੱਥੇ ਅੱਜ ਤੋਂ 40 ਸਾਲ ਪਹਿਲੇ ਮੈਂ ਮੋਹਰੋਂ ਪੜਿਆ, ਮਜਲਿਸ ਆਈ ਉੱਥੇ ਉੱਥੇ ਸਾਰੇ ਜ਼ਾਕਿਰ ਹੈ, ਕਿਬਲਾ ਸਨੇਹਾ ਖਲਿਆ, ਰਾਤ ਦੀ ਮਜਲਿਸ ਹੋ ਗਈ, ਜ਼ਾਕਿਰ ਵੀ ਆ ਗਏ, ਮੋਮਿਨ ਵੀ ਆ ਗਏ, ਲੰਗਰ ਪੱਕ ਗਈ ਆ, ਜ਼ਿਕਰ ਸ਼ੁਰੂ ਹੋ ਗਈ ਆ। ਜੇਲੇ ਮਸਾਇਬ ਹੋਵੇ ਉਹ ਜਿਹੜੀ ਕਪਾਹ ਆਈ ਉਹ ਜਿਵੇਂ ਮੋਮਿਨ ਰੋਵੇਨ ਉਹ ਹੰਝੂ ਕਪਾਹ 'ਚ ਸਾਫ ਚੱਕਰੇ ਸਮੇਟ ਲਵੇਨ, ਜਜ਼ਬ ਕਰ ਲਵੇਨ, ਮਜਲਿਸ ਐਂਡ ਹੋਈ ਉਹ ਸਾਰੀ ਕਪਾਹ ਲੈ ਕੇ ਅਲਾਮਾ ਸਾਹਿਬ ਜਿੱਥੇ ਤਕਲੀਫ ਆਈ ਉਹ ਹੁਸੈਨ ਦੀ ਮੁਹੱਬਤ ਦੇ ਆਂਸੂ ਉੱਤੇ ਬੱਲੇ ਦਿਨ ਚੜਿਆ। ਉਸੇ ਡਾਕਟਰ ਕੋਲ ਗਏ ਜਾਂ ਆਖਿਆ ਜੀ ਕੈਂਸਰ ਹੈ ਅਤੇ ਥੋੜ੍ਹੇ ਦਿਨ ਦੇ ਮਹਿਮਾਨ ਹੋ, ਸਰਕਾਰ ਫਰਮਾਇਆ ਚੈੱਕ ਕਰ। ਅਲਾਮਾ ਸਾਹਿਬ ਆਖਿਆ ਡਾਕਟਰ ਸਾਹਿਬ ਚੈੱਕ ਕਰ, ਉਸ ਚੈੱਕ ਕੀਤਾ ਉਸ ਆਖਿਆ ਕਮਾਲ ਹੋ ਗਈ ਹੈ, ਕੱਲ੍ਹ ਤੇਰੀ ਜ਼ਿੰਦਗੀ ਕੋਈ ਨਾ, ਅੱਜ ਤੇਰੀ ਮੌਤ ਕੋਈ ਨਹੀਂ। ਕੀਤਾ ਇਹ ਕਿਹੜੇ ਡਾਕਟਰ ਕੋਲ ਗਈਆਂ ਹੈ? ਅਲਾਮਾ ਸਾਹਿਬ ਰੋ ਕੇ ਫਰਮਾਇਆ ਉਸ ਡਾਕਟਰ ਨੂੰ ਵਧੀਆਂ ਸੀ ਜਾਂਦਾ ਨਹੀਂ, ਉਹ ਮੇਰਾ ਹੁਸੈਨ ਹੈ ਮੇਰੀ ਮਾਂ। ਮੇਰਾ ਸਵਾਲ ਹੈ ਮੇਰੀ ਕੌਮ ਤੇ, ਇਹ ਰਿਵਾਇਤ ਨਹੀਂ ਸੁਣਦੇ ਕਿ ਇਹ ਮੋਮਿਨ ਦੇ ਆਸੂ ਮੇਰੀ ਸਹਿਣ ਰੁਮਾਲ 'ਚ ਇਕੱਠਾ ਕਰਦੀ? ਸੁਣੀ ਨਹੀਂ ਆ, ਮੈਂ ਆਪਣੇ ਕੋਲ ਪੀ ਆਉਂਦਾ, ਉਹ ਤਾਈ ਤਾਂ ਕਰੋ ਨਾ, ਸੁਣਦੇ ਹੋ ਨਾ ਕਿ ਮੇਰੀ ਸਹਿਣ ਇਹ ਮੋਮਨਾ ਦੇ ਆਸੂ ਆਪਣੇ ਪਾਕ ਰੁਮਾਲ 'ਚ ਇਕੱਠਾ ਕਰਦੀ ਹੈ ਅਤੇ ਇਕੱਠੇ ਕਰਕੇ ਵਹਿੰਦੀ ਕਿਤੇ ਪਾਕ ਮੌਸਮਾਂ ਕਰ ਵਾਲਾ ਕਹਿੰਦੇ ਕੋਲ ਜ਼ਖਮੀ ਪੁੱਤਰ ਕੋਲ ਅਤੇ ਆਦੀ ਉੱਠੀ ਵੇ ਮੇਰਾ ਜ਼ਖਮੀ ਹੁਸੈਨ, ਮਾਂ ਜ਼ਖਮਾਂ ਦਾ ਇਲਾਜ ਲੈ ਆਈ। ਸੁਣਿਆ, ਗੌਰ ਕੀਤਾ, ਗੌਰ ਕਰਕੇ ਫਿਰ ਦਿਲ ਨੂੰ ਪੱਕਿਆਂ ਕੀਤਾ, ਅਕੀਦਾ ਹੀ ਤਾਂ ਹੈ, ਯਕੀਨ ਹੀ ਤਾਂ ਹੈ ਇਸ ਘਰ 'ਤੇ, ਉੱਠੀ ਵੀ ਮੇਰਾ ਲਾਲ, ਮਾਂ ਜ਼ਖਮਾਂ ਦਾ ਇਲਾਜ ਲੈ ਆਈ ਹੈ। ਸਦਕੇ ਜਾਵਾਂ ਬਜ਼ੁਰਗ ਜ਼ਾਕਰਾਂ, ਤੂੰ ਉਹਨਾਂ ਦੇ ਨਾਮ ਤੂੰ ਬਿਸਮਿਲਾ ਪਹਿਲੇ ਪੜ੍ਹਾਂ, ਉਹ ਫਰਮੈਂਦੇ ਹਨ ਬਤ ਜ਼ਖਮ ਲਾ, ਬੀਬੀ ਹੰਝੂ ਲਾਵਿਆ ਨਾ ਮੋਮਨਾ ਦੇ ਆਸੂ ਅਤੇ ਜ਼ਖਮ ਖੁੱਲ ਵੰਜੇ ਨਾ, ਮਗਰ ਦੋ ਜ਼ਖਮ ਨਹੀਂ ਖੁੱਲੇ ਹੁਣ ਤਾਈਂ, ਪੁੱਛ ਨਾ
ਹਾਂ ਸ਼ਮਸ ਦੇ ਦਰਬਾਰ ਤੇ ਬਣ ਵਾਲਾ ਮੇਰੀਆਂ ਬੱਚੀਆਂ ਮੇਰੇ ਆਜ਼ਾਦਾਰ ਭਾਈ ਉਹ ਕਿਹੜੇ ਦੋ ਜ਼ਖਮ ਹਨ ਜਿਹੜੇ ਹੁਣ ਤਾਈਂ ਨਹੀਂ ਖੁੱਲੇ ਇੱਕ ਭੈਣ ਦੀ ਚਾਦਰ ਦਾ ਜ਼ਖਮ ਹੈ ਇੱਕ ਅਕਬਰ ਦੀ ਜਵਾਨੀ ਦਾ ਇਹ ਦੋ ਜ਼ਖਮ ਨਹੀਂ ਖੁੱਲੇ ਤਾਂ ਮੇਰੀ ਬੀਬੀ ਜੇ ਅਕੀਦਾ ਹੈ ਯਕੀਨ ਹੈ ਇਹਨਾਂ ਲਜਪਾਲਾਂ ਨੂੰ ਮੰਨਦੇ ਹੋ ਤਾਂ ਜਿੱਦਣ ਹੁਸੈਨ ਦੇ ਗਮ ਵਿੱਚ ਆਸੂ ਆਵੇਂ ਜਿੱਥੇ ਕੈਂਸਰ ਹੈ ਉੱਥੇ ਮਲ ਫਰੀਦ ਕਹਿੰਦਾ ਤਾਂ ਯਕੀਨ ਹੈ ਕੈਂਸਰ ਨਾ ਹੋ ਸੀ ਨਹੀਂ ਹੋ ਸਕਦਾ ਜਿਹੜਾ ਹੁਸੈਨ ਦੇ ਜ਼ਖਮਾਂ ਦਾ ਇਲਾਜ ਹੈ ਅਸਾਂ ਗੁਨਾਹਗਾਰਾਂ ਨੂੰ ਸ਼ਫਾ ਨਹੀਂ ਦੇ ਸਕਦੇ ਬਹੱਤਰ ਜਨਾਜ਼ਾ ਕਿਉਂ ਕੱਢਿਆ ਮੁਲਤਾਨ ਵਿੱਚ ਲੋਕਾਂ ਨੂੰ ਵਧੇ ਦੱਸੇ ਨਹੀਂ ਆਏ ਉਹ ਮੁਲਤਾਨ ਦੇ ਵਸਣੀਕ ਆਓ ਉਹ ਮੁਲਤਾਨ ਦੇ ਮੁਸਲਮਾਨ ਆਓ ਇੱਕ ਜਨਾਜ਼ਾ ਹੋਵੇ ਤੇ ਘਰ ਵਿੱਚ ਕੋਹਰਾਮ ਆਉਂਦਾ ਹੈ ਜਿਸ ਘਰ ਬਹੱਤਰ ਜਨਾਜ਼ਾ ਹੋਵੇ ਯਾਰ ਮਸਾਏ ਵਿੱਚ ਰੁਕ ਜਾਓ ਮਸਾਏ ਵਿੱਚ ਜ਼ਿਕਰ ਵਿੱਚ ਰੋ ਕੇ ਦੁਆ ਮੰਗੋ ਮਿਨਤ ਹੈ ਮੇਰੀ ਮਿਨਤ ਹੈ ਮੇਰੀ ਮੁਲਤਾਨ ਵਿੱਚ ਬਹੱਤਰ ਜਨਾਜ਼ਾ ਕਹਿੰਦਾ ਹੈ ਕਸ਼ਮੀਰੀਆਂ ਦਾ ਅਰਮਾਨ ਇਸ ਗੱਲ ਦਾ ਮੈਨੂੰ ਮੁਲਤਾਨ ਨਾ ਲਿਓ ਅਗਰ ਕਸ਼ਮੀਰ ਵਾਲੇ ਦਾ ਜਨਾਜ਼ਾ ਹੋਵੇ ਆ ਪੂਰਾ ਮੁਲਤਾਨ ਇਕੱਠਾ ਹੋਵੇ ਆ ਮੁਹੰਮਦ ਦੇ ਪੁੱਤਰ ਦੇ ਜਨਾਜ਼ੇ ਸਿਰਫ ਇਹ ਕੌਮ ਹੈ ਬਾਕੀ ਕੋਈ ਸ਼ਾਮਿਲ ਨਹੀਂ ਮੇਰੀ ਆਵਾਜ਼ ਤੱਕ ਜਾ ਰਹੀ ਹੈ ਪਹੁੰਚਾਓ ਇੰਟਰਨੈਟ ਜਿਸ ਮੁਲਕ ਵਿੱਚ ਮੇਰੀ ਆਵਾਜ਼ ਜਾ ਰਹੀ ਹੈ ਸੁਣੋ ਇੰਤਜ਼ਾਮੀਆ ਸੁਣੇ ਸ਼ੀਆ ਸੁਣੀ ਸੁਣੇ ਕਸ਼ਮੀਰ ਵਿੱਚ ਕਈ ਦੀ ਮਾਂ ਦੇ ਪੁੱਤ ਨੂੰ ਗੋਲੀ ਲੱਗ ਵੰਜੇ ਪਾਕਿਸਤਾਨ ਦੇ ਮੀਡੀਆ ਤੇ ਹਾਲ ਏ ਹਾਲ ਆਉਂਦੀ ਏ ਤੇ ਜਿਹੜਾ ਹਮ ਸ਼ਕਲੇ ਪੈਗੰਬਰ ਟੁਰਿਆ ਹੈ ਸਲਾਮ ਹੈ ਬਾਨੀ ਨੂੰ ਜੈ ਬਹੱਤਰ ਜਨਾਜ਼ੇ ਬਰਾਮਦ ਕੀਤੇ ਵਿੱਚੋਂ ਕਿ ਉਹ ਜਨਾਜ਼ੇ ਹਨ ਜਿਨ੍ਹਾਂ ਦਾ ਚਾਹਣ ਵਾਲਾ ਹੈ ਕੋਈ ਨਹੀਂ ਉਹ ਮੈਂ ਬਹਿਣਾ ਕੁਰਬਾਨ ਵਿੱਚੋਂ ਕੋਈ ਉਹ ਜਨਾਜ਼ੇ ਵੀ ਹਨ ਜਿਨ੍ਹਾਂ ਨੂੰ ਕਈ ਨਹੀਂ ਚਾਹਿਆ ਮੈਂ ਆਨਾ ਮੁਲਤਾਨ ਵਾਲੇ ਹੋ ਅੱਜ ਤਾਂ ਚਾਹ ਹੀ ਵਧੇ ਹੋ ਨਾ ਮੈਂ ਹੱਥ ਬੰਸਾਂ ਮੇਰੇ ਜ਼ਿੰਮੇ ਹੈ ਮੇਰੇ ਜ਼ਿੰਮੇ ਕਿ ਮੈਂ ਕਦੇ ਨਹੀਂ ਪੜ੍ਹੇ ਇਹ ਦੁੱਖ ਮੇਰੀ 52-53 ਸਾਲਾ ਜ਼ਾਕਰੀਏ 'ਚ ਮੈਂ ਇਹ ਸ਼ਹਾਦਤ ਬਹੁਤ ਕਮ ਪੜ੍ਹਦਾ ਕਿਉਂਕਿ ਇੱਕ ਦਿਨ ਫਰਮਾਨ ਪੜ੍ਹਿਆ ਮਾਸੂਮ ਦਾ ਦਿਲ 'ਚ ਡਰ ਪੈਦਾ ਹੋਇਆ ਫਰਮਾਨ ਇਹ ਆ ਮੇਰਾ ਜ਼ਾਕਿਰ ਹਰ ਮਕਾਮ 'ਤੇ ਮੇਰੇ ਸੋਹਣੇ ਪੁੱਤਰ ਦੀ ਸ਼ਹਾਦਤ ਨਾ ਪੜ੍ਹੇ ਔਰ ਇਹ ਫਰਮਾਨ ਹਕੀਕਤ ਹਾਂ ਹਾਂ ਹਰ ਮਕਾਮ 'ਤੇ ਮੇਰੇ ਸੋਹਣੇ ਪੁੱਤਰ ਦੀ ਸ਼ਹਾਦਤ ਨਾ ਪੜ੍ਹੇ ਐਦਾਂ ਸਿਰ ਚਵਿਆ ਮੈਂ ਇੱਧਰੇ ਵੇਖਿਆ ਮੈਂ ਇੱਧਰੇ ਵੇਖ ਮੇਰਾ ਪੁੱਤਰ ਫਿਰ ਬਜ਼ੁਰਗ ਜ਼ਾਕਿਰ ਵੀ ਫਰਮਾਉਂਦੇ ਆ ਮੌਲਾ ਗਲਤ ਪੜ੍ਹਨੇ ਆ ਤਾਂ ਮਨਾ ਫਰਮਾਉਂਦੇ ਨੇ ਨਹੀਂ ਮੌਲਾ ਤੇ ਮਨਾ ਕਿਉਂ ਫਰਮਾਉਂਦੇ ਹੋ ਇਮਾਮ ਫਰਮਾਉਂਦਾ ਇਸ ਵਾਸਤੇ ਤੂੰ ਮੇਰੇ ਸੋਹਣੇ ਪੁੱਤਰ ਦੀ ਸ਼ਹਾਦਤ ਪੜ੍ਹੇ ਮੱਤਾ ਕੋਈ ਮੂਮਿਨ ਨਾ ਰੋਵੇ ਇਮਾਮ ਫਰਮਾਉਂਦਾ ਮੈਂ ਕਬਰ 'ਚ ਬੇਚੈਨ ਹੋ ਨਾ ਮੂਮਿਨ ਤਾਂ ਡਿੱਠਾ ਜੋ ਨਾ ਮੇਰਾ ਅਕਬਰ ਕਿਹੜਾ ਸੋਹਣਾ ਰਾਤ ਵੀ ਹੈ ਭਾਈ ਪਤਾ ਨਹੀਂ ਇਹਨੂੰ ਕਿਹੜੀ ਵੱਡੀ ਮਜਬੂਰੀ ਬਣ ਗਈ ਆਓ ਭਾਈ
ਤਾਂ ਮੇਰੀਆਂ ਬੱਚੀਆਂ ਮੇਰੀਆਂ ਧੀਆਂ ਇੰਜ ਨਹੀਂ ਆ ਪਾਉਂਦੀਆਂ ਤੁਸਾਂ ਇੱਥੇ ਮਲੰਗ ਫਕੀਰ ਦੀਆਂ ਜ਼ਾਕਿਰਾਂ ਔਰ ਅੱਜ ਤੱਕ ਮੈਂ ਸਾਈਆਂ ਤੂੰ ਜੋ ਮੰਗਿਆ ਹੈ ਆਪਣੀ ਕੌਮ ਵਾਸਤੇ ਕਿਵੇਂ ਹੋ ਸਕਦਾ ਹੈ ਮੁਹੰਮਦ ਦੀਦੀ ਦਾ ਫਰਮਾਨ ਨੇ ਮੈਨੂੰ ਗਾਜ਼ੀ ਦਾ ਵਾਸਤਾ ਦਿਓ ਤੇ ਮੈਂ ਖਾਲੀ ਟੋਲਾਂ ਇਹੋ ਕਿਵੇਂ ਸਕਦਾ ਜਦਾਂ ਪਾਕ ਬੀਬੀ ਜਿਹੜੀ ਸਦੀਕਾ ਸੈਣ ਸੱਚੀ ਸੈਣ ਦਾ ਫਰਮਾਨ ਮੈਨੂੰ ਗਾਜ਼ੀ ਦਾ ਵਾਸਤਾ ਦਿਓ ਮੈਂ ਖਾਲੀ ਨਹੀਂ ਬਲੈਂਦੀ ਬਸ ਜਾਂ ਤੁਹਾਨੂੰ ਮੰਗਣ ਦਾ ਵੱਲ ਨਹੀਂ ਆਉਂਦਾ ਜਾਂ ਮੰਗ ਨਹੀਂ ਸਕਦੇ ਇਹ ਖਾਲੀ ਕਿਵੇਂ ਢੋਰੇ ਅੱਬਾਸ ਦੀ ਅੰਮਾ ਖਾਲੀ ਨਹੀਂ ਢੋਰੇਂਦੀ ਮੰਗਣ ਵਾਲਾ ਮਿਜ਼ਾਜ ਬਣਾਓ ਜਿਹਨਾਂ ਝੋਲੀਆਂ 'ਚ ਪੁੱਤਰ ਨਹੀਂ ਜਿਹਨਾਂ ਘਰਾਂ 'ਚ ਦੁੱਖ ਨਹੀਂ ਨਿਕਲਦਾ ਜਿਹੜੇ ਪਰੇਸ਼ਾਨ ਲੋਕ ਹਨ ਮੈਂ ਦੁਆ ਮੰਗਦਾ ਰੋ ਕੇ ਆਮੀਨ ਕਿਹਾ ਹੈ ਤਕਲੀਫ ਦੂਰ ਨਾ ਹੋਵੇ ਤੇ ਮੈਂ ਹੁਸੈਨ ਦਾ ਜ਼ਾਕਿਰ ਨਹੀਂ ਰੋਂਦੀ ਅੱਖੀ ਨਾਲ ਇਜਾਜ਼ਤ ਹੈ ਬਜ਼ੁਰਗ ਜ਼ਾਕਿਰਾਂ ਦੀ ਦੁਆ ਤੁਰ ਗਿਆ ਜ਼ਾਕਿਰ ਕਾਇਮੇ ਜ਼ਮਾਨਾ ਸਰਕਾਰ ਆਵੇ ਮੁਦਤਾ ਦੇ ਮਾਰੇ ਜਨਰੇ ਲਾਵੇ ਜ਼ਮਾਨਾ ਸਰਕਾਰ ਆਵੇ ਮੁਦਤਾ ਦੇ ਮਾਰੇ ਜਨਰੇ ਲਾਵੇ ਜਿਉ ਮੇਰੇ ਬੱਚੇ ਸਾਲਾ ਜਵਾਨੀਆਂ ਮਾਂ ਸਰਕਾਰ ਅੱਜ ਖੁਸ਼ੇ ਤੇ ਆਇਓ ਅੱਜ ਬਹਾਦਰ ਜਨਾਜ਼ਾ ਹੈ ਜਿਹੜੇ ਖਲੋਤੇ ਹੋ ਬੈਠੇ ਹੋ ਬਿਸਮਿਲਲਾ ਸਰਕਾਰ ਆਵੇ ਮੁਦਤਾ ਮਾਂ ਬਹਿਣਾ ਕੁਰਬਾਨ ਜਾ ਸਰਕਾਰ ਆਵੇ ਮੁਦਤਾ ਦੇ ਮਾਰੇ ਜਨਰੇ ਲਾਵੇ ਕਾਇਮੇ ਜ਼ਮਾਨਾ ਜਿਹੜੇ ਅੱਜ ਤਾਈਂ ਲੱਖੇ ਆਵੇ ਮੁਦਤਾ ਪੁੱਤਰ ਜਿਵਨੇ ਮਾਰੇ ਲਾਵੇ ਕਾਇਮੇ ਸ਼ਾਲਾ ਵਸੋ ਪੈ ਸ਼ਾਮ ਵਾਲੀ ਬੀਬੀ ਰਾਜ਼ੀ ਹੋ ਗਈ ਜਿਹੜਾ ਪਰਦੇ ਚ ਰਾਤ ਬੈਠਾ ਰੋਂਦਾ ਜਿਹੜਾ ਦਏ ਨਹੀਂ ਭੁੱਲਦਾ ਮੈਂ ਤੇਰਾ ਬਾਜ਼ਾਰ ਵੰਜਣਾ ਸਰਕਾਰ ਆਵੇ ਵਾਸਤੇ ਪਾਕ ਸਾਈਆਂ ਦਾ ਮਾਹੌਲ ਤੁਮੇ ਨਹੀਂ ਆ ਜੋ ਕੇ ਬਤਾ ਆਖਰੀ ਮਜਲਾ ਸਹੋਵੇ ਕੱਲ ਕਹਿ ਦਿੱਠਾ ਜ਼ਿੰਦਗੀ ਉਹਨੇ ਸਰਕਾਰ ਆਵੇ ਮੁਦਤਾ ਦੇ ਮਾਰੇ ਜਨਰੇ ਲਾਵੇ ਮੌਲਾ ਮੁਦਤ ਹੋ ਗਈ ਇਹ ਕੌਮ ਮਿੱਟੀਆਂ ਤੇ ਬਾਏ ਕੇ ਵਧੀ ਰੋਂਦੀ ਮੌਲਾ ਸਾਰੀਆਂ ਨਸਲਾਂ ਗੁਜ਼ਰ ਗਈਆਂ ਰੋ ਰੋ ਕੇ ਦੁਆਈ ਮੰਗ ਮੰਗ ਕੇ ਥੱਕ ਪਏ ਮੌਲਾ ਅੱਜ ਮੁਲਤਾਨ ਵਾਲਿਆਂ ਤੇਰੇ ਬਾਬਿਆਂ ਦੇ ਜਨਾਜ਼ੇ ਬਰਾਮਦ ਮੇਰਾ ਰਾਤ ਰੋਣ ਵਾਲਾ ਮੌਲਾ ਬਹੱਤਰ ਜਗ੍ਹਾ ਰਾਜ ਬਰਾਮਦ ਪਿਆ ਹੁੰਦਾ ਹੈ ਅੱਜ ਮੌਲਾ ਮਨਜ਼ੂਰੀਆਂ ਦਾ ਦਿਨ ਕਬੂਲੀਅਤ ਦਾ ਟਾਈਮ ਹੈ ਮੌਲਾ ਦੁਆ ਮੰਗਦਾ ਇਹ ਕੌਮੀਨ ਆਮੀਨ ਪਈਆ ਦੀਏ ਮੌਲਾ ਇੱਕ ਹਸਰਤ ਸਾਡੀ ਪੂਰੀ ਕਰ
हसरत केड़ी है मुरब्बे नहीं जायदादा नहीं कारा कोठिया बंगले नहीं केड़ी ख्वाहिश है केड़ी आरज़ू है मैनू अल्लाह दी कसम है मौला तेरी पाक दादी दी लुट्टी चादर दी कसम है इयो ख्वाहिश है वसे जोक शाना बीबी लला दी अखिनाल वेके अकबर दिशादी ये हसरत है ना थको नहीं कबूलियत दा टाइम है जिंदगी दा पता नहीं मत आज आखरी बिस्मिल्ला बिस्मिल्ला मेरियां धीयां जी बाबा या हसरत या आरू वसे जो किशाना यो मेरे बच्चे अखिनाल वेके बोल बोलो बाबा बोल बोलो पत्थर दिल नहीं रो सकता थकदा भी हूं मेरी तो जरूरत ही नहीं मैं तेन अकबर सुनावा कौन सुना सकता है हुसैन दे पोतो पिशा कोई जमिया ही नहीं मेरी तो ताकत ही नहीं ना मैं तो तेन भैन पिया सुनाएगा मावा बैठी ए जान दिया जदन पुत्र जम पवे उस दिन तो लैके एक हसरत आंदी है कदन शादी विकस कदन सिर पैसी कदन घर जड़सी कदन एदी मैं खुशियां दी मेहंदी लै बस जाक शाला शाला कोई गम ना वेखो मैं मुसाफर दी दवाई शाला बस रुपए हुसैन का वास्ता है कजा नहीं होती ये नीति बैठा है कजा ना हो सी जे थिया ना से पासी हो गया फिर कजा आई नीत ले ये तो कजा ना कर वास्ता ही आज दे दिन दा एक बारी झोली जाओ पर हुसैन का वास्ता देना झोली जाओ यार जेड़े खलोते हो वो बदनसीब जेड़ा झोली ना चैसी वो भौरा जेड़ा झोली ना चैसी मेरिया धीया जितों तक मेरी आवाज जा रही है झोली चाओ हूँ पुछो पुराना जाकिर है झोली क्यों चवाई है मुल्तान दुआ मगदा अल्लाह तैनू वास्ता है अली दी धी दे खुलिया वाला अल्लाह
ਮੰਗਦਾ ਮੇਰੀ ਕੌਮ ਨੂੰ ਇਤਨਾ ਦੇ ਇੱਕ ਵਾਰ ਸ਼ਾਮ ਜ਼ਰੂਰ ਮੰਨ ਕੇ ਆਪਣੀ ਅੱਖੀ ਨਾਲ ਉਹ ਗਲੀਆਂ ਵੇਖਾਂ ਮਿਲ ਜਿੱਥੇ ਰੁੱਲ ਰੁੱਲ ਕੇ ਪੇਕੀ ਨਸਲ ਬਚਦੀ ਰਹੀ। ਥੱਕ ਗਏ ਹੋ, ਥੱਕ ਗਏ ਹੋ, ਸਾਨੂੰ ਇੱਕ ਇਹੋ ਜਿਹਾ ਦਰ ਦੇ ਜਿਹੜਾ ਸਾਨੂੰ ਕਬਰ ਚ ਨਹੀਂ ਭੁੱਲਣਾ। ਅਕਸੋ ਕਬਰ ਚ, ਕਬਰ ਤਾਂ ਗੱਲ ਛੋਟੀ ਹੈ, ਮੈਨੂੰ ਅਲਾਮ ਦੀ ਕਸਾ, ਮੈਂ ਸਾਨੂੰ ਜੰਨਤ ਚ ਨਹੀਂ ਭੁੱਲਣਾ। ਮੁਲਤਾਨ ਵਾਲੇ ਪੁੱਛੋ ਫਰੀਦ ਕਾ ਕਿਹੜਾ ਦਰ ਦੇ, ਇਹ ਥੋੜਾ ਦਰ ਦੇ, ਜੇ ਸੁਣ ਲਈ ਹੋਈ ਤਾਂ ਅੱਜ ਰਾਤ ਬਿਸਤਰ ਤੇ ਰੋਸੇ। ਇਹੋ ਦਰ ਦੇ ਮੌਲਾ, ਇਹ ਦਰਦ ਸਾਨੂੰ ਕਬਰ ਤਾਈ ਨਹੀਂ ਭੁੱਲਣਾ। ਕਿਹੜਾ ਦਰਦ ਹੈ ਜਿਹੜੀ ਰੋਲ ਕੇ ਮਰ ਗਈ ਬਨ ਸ਼ਾਮ ਸੈਣੀ। ਸ਼ਾਬਾਸ਼, ਇਹ ਹੱਕ ਬਣਦਾ ਹੈ, ਇਹ ਪੁਰਸ਼ੇ ਦਾ ਮਿਆਰ ਹੈ ਤੇਰਾ। ਜੀ ਕਰਾਂ ਜੀ ਕਰਾਂ ਜੈਕੁਲੋਗੀ ਜਿਹੜੀ ਰੋਕ ਮਰ ਗਈ ਬਨ ਸ਼ਾਮ ਸੈਣੀ। ਵਤਨਾ ਤਿਆਵੇ ਮੁਦਤਾ ਦੇ ਮਾਰੇ ਉਸਤਾਦ ਸਾਈਂ ਫਰਮਾਉਂਦੇ ਹਨ ਭੱਟੀ ਸਾਹਿਬ, ਹੁਸੈਨ ਦੇ ਸੋਹਣੇ ਪੁੱਤ ਨੂੰ ਬੇਮੌਸਮੀ ਮੌਤ ਆ। ਮੇਰੀਆਂ ਧੀਆਂ ਦੁਆ ਮੰਗੀ ਕਰ, ਚੱਲ ਕਈ ਮਾਦਾ ਖਾਰੇ ਚੜਦਾ ਨਾ ਟੁਰੇ। ਮੇਰੀਆਂ ਭੈਣਾਂ ਮੇਰੀਆਂ ਧੀਆਂ ਦੁਆ ਮੰਗੀ ਕਰੋ, ਚੱਲ ਕਈ ਭੇਣ ਦਾ ਫਿਰ ਸਗਨਾ ਚ ਨਾ ਮਰੀ। ਇਹ ਕੋਈ ਜ਼ਾਕਰੀ ਹੈ, ਇਹ ਕੋਈ ਫਨਕਾਰੀ ਹੈ, ਇਹ ਤਾਂ ਖਰਾ ਹੈ ਤੇ ਉਸ ਸ਼ਾਮ ਵਾਲੀ ਸਹਿਣ ਦੀ। ਮੁਲਤਾਨ ਮਰਕਾ ਲੈ ਰਿਵਾਇਤਾਂ ਚ ਮਿਲਦਾ ਹੈ, ਰਾਤੀ ਉੱਠ ਉੱਠ ਕੇ ਹੁਸੈਨ ਸੋਹਣੇ ਪੁੱਤਰ ਦਾ ਮੂੰਹ ਚੁੰਮਦਾ। ਉਹ ਜਿਹੜੇ ਜਵਾਨ ਬੈਠੇ ਹੋ, ਸ਼ਾਲਾ ਜਵਾਨੀਆਂ ਮਾਣੋ, ਉੱਠ ਉੱਠ ਥੋੜੀ ਥੋੜੀ ਦੇਰ ਪੁੱਤਰ ਦਾ ਮੂੰਹ ਚੁੰਮ। ਸੋਹਣੇ ਪੁੱਤਰ ਦੀ ਮਾਂ ਆਖਿਆ, ਵੇ ਸਰਦਾਰ, ਅੱਲਾ ਰਾਤ ਆਰਾਮ ਵਾਸਤੇ ਬਣਾਈ, ਅਕਬਰ ਤੇਰਾ ਪੁੱਤਰ ਸਾਰਾ ਨੀ ਤੇਰੇ ਕੋਲ ਰਹਿੰਦਾ। ਰਾਜ ਕੇ ਦੀਆਂ ਪਿਆਰ ਕਰ ਲਿਆ ਕਰ, ਰਾਤ ਆਰਾਮ ਕੀਤਾ ਕਰੋ, ਥੱਕੇ ਹੋਇਓ ਦਿਓ ਆਰਾਮ ਕੀਤਾ ਕਰੋ। ਜਦਣ ਬੀਬੀ ਆਖਿਆ, ਮੌਲਾ ਆਰਾਮ ਕੀਤਾ ਕਰੋ, ਇਮਾਮ ਫਰਮਾਉਂਦੇ ਅਕਬਰ ਦੀ ਮਾਂ, ਤੂੰ ਨਹੀਂ ਜਾਣਦੀ ਅਕਬਰ ਮੈਨੂੰ ਕਿਤਨਾ ਪਿਆਰਾ, ਮੈਂ ਲਾਜ਼ਾ ਨਾ ਵੇਖ ਮੈਨੂੰ ਆਰਾਮ ਨਹੀਂ ਆਉਂਦਾ। ਇੱਕ ਵੈਨ ਸੁਣਾਵਾਂ ਚਾ, ਜੀ ਕਰਾਂ ਬਾਬਾ ਮੈਂ ਪੜ੍ਹਦਾ, ਇੱਕ ਵੈਣ ਪੜ੍ਹਦਾ। ਤਾਰੀਖ ਦੱਸਦੀ ਏ ਮੁਲਤਾਨ ਵਿੱਚ
ملتان دے مزاج دی زاکری بزرگاں دے رخت بابا شیر شاہ استاد بٹی پرانے رنگ چکوین سونچا تاریخ دسے دیئے تاریخ دسے دیئے جوان بچڑے بھائی کئی واری جیو میرا بچڑا شالا زندگی ہوں شالا میں سمجھا لوا تین اٹھ اٹھ کے چون دہائی رات سن سو میرا بچڑا حیران غم ہے وہیوں پتر کئی تلا جانا سدا حالت کے لیے اکبر ٹور بن میری نے بھویسی تن اکبر پتا نہیں اکبر میدان چ گیا جان گیا اور میں جلدی کے کرا لہ پیا ایو کو جاد ہے بابا پوتر لہ جڑے بڑھڑے بیٹھے ہو مینو اللہ دے نام تے جواب ایسا پیکر نو کی پہ کر دے ہو حسین دے پتر دا ذکر حسین دے سونے پتر دی شہادت اینو یار ٹھیک کر مت حسین ناراض ہو آواز دے بابا میں لائے پیو او بٹھڑیا مینوں حسین دے سونے پتر دی قسم حسین کول ہن ٹرن دی طاقت مک گئی جی چھ مہینے دا بچہ اٹھ دے ارکا گوڑیاں دے بار چہرے تے دھوڑے پگ دے پیچ گل بچ آئے وال کھلے کدی سجے نے دے کدی کھبے نے دے بت رو کے آتا ہے کینڈ ڈٹھا ہوئے او میں دے اکبر کو بلاوی بس جدو اکشا تو ملا اینا لہایا جی میں امت لہایا میرا دنیا دے مر کر سنے اولاد دیا رلیا چاہ ترس کرو میں دی غربت دے وہ مکو اکبر نظار کیت لگتا ہے میرا سونا اکبر اکبر بٹھڑا پیو ودا گلیں دائی پوتر دی لاش تے آیا ہے آکے آدھا اکبر بٹھڑے پیو دا سلام ہوئی اکبر ایک ہاتھ نال جواب دیتے بابا میرا ہی سلام ہوئی امام فرمائے دے لال اگے جواب دے ویا دو ہاتھ مت دے رکھ دا ہاں
आजे एक हाथ नाल जवाब आधा मामा ओ दर्द छुपाई पिया जेड़े बुढ़े प्यो नहीं वेख सकदे नहीं पढ़ना नहीं पढ़ता मैं ना मैं कदे पढ़िया ना मेरी जुर्रत मैं किवें पढ़ा आए अकबर जालिम सांग कठी नाई नहीं बाबा बकवास करके आता मैं सुनिया हुसैन वड्डा साबिर आज कड़े सी तो पता लग सी अकबर के सलाई बाबा जो मर्जी यही कर बाबा मैं ना भूले सा बस भाइयों को ज्यादा जवान पुत्र नु लिटाया इस मैंने माफ करया है जेड़े जवान बैठे हो नहीं पढ़ता लिटाया इस फल कढ़िया इस बस मैं इतना पढ़ सकता मेरी इतनी जुर्रत है कढ़िया इस अकबर दी आंख बंद हुई है आदा बाबा अल्लाह दना एक बार मैनू भैन सुगरा मिलो सदका सदका एक बैन पढ़ना बुजुर्गों का जनाजा मैं मंगवैसा ही थाई तुम हुसैन दे पुत्र दा वास्ता कोई अज मैं जनाजा मंगवेंदा अज मौजा वेखो जनाजा आंदा किवें ए तो मोमिन चाके आसिन ना तो ए सोचना है बुढ़े प्यू चाया किवें होसी कोई ना उठी वे कोई ना उठी वे अकबर जी बाबा तेरिया फुफिया नाल वादा कीता है बाबा जल्दी कर मेरी को टाइम थोड़ा बच गया है इमाम केड़ा काम कीता है जवान पुत्र नु जमीन ते समाया है जेड़े बुढ़े बैठे मैंने हुसैन दी जवानी दी कसम इमाम पूरी कोशिश कीती है त्राए वार अकबर नु चावा नहीं चा सकिया आवादा दे लाल बुढ़ा प्यू अकबर मेरी ताकत मुक गई है आवादा दे बाबा इन कर मेरे कमर तले हाथ दे इमाम एक हाथ पोतर दी गर्दन दे तले एक हाथ पोतर दी कमर तले अकबर दोवें गल प्यो दे बाई गल प्यो दे गल छपाइया ने इमाम अकबर नु चाया सीने नाल सीने मुंह नाल मुंह में पैर जमीना दी चुंदी है इमाम फरमाइंदे लाल मैं डोडे था जोल अकबर अख बंद न कर अकबर मैं तेरा बुढ़ा पियूआ मेरे नाल बोल अकबर अख बंद न कर अकबर मैं बुढ़ा पियूआ मरू ऐसा अकबर मैं तेरिया पुपिया नाल कर आया इमाम रोंदा यांदा इमाम फरमाइंदे मैं कौन लोगो हुसैन आदम मैं ला शकबर बैठे रहो अपन हुसैन दा वास्ता है जेड़ा अकबर दा मातमी है बैठा रासी इतना खलो जाओ दो मिनट अल्लाह देने प्यो की में चाया है जी जी करा जी करा लोगो होशाला बसो पाए उठना पीले जी जी मेरा बाबा हो मोला फड़ी हयाती करे ਜਿਹੜਾ ਅਕਬਰ ਨੂੰ ਨਹੀਂ ਰੋਂਦਾ ਹੁਸੈਨ ਦਾ ਕੁਛ ਨਹੀਂ ਲੱਗਦਾ ਹੋਸ਼ਾਲਾ ਜੀ ਕਰਾ ਬਿਸਮਿਲਲਾ ਮੈਂ ਕੂ ਲੋਗੋ ਹੁਸੈਨ ਆਦਿਲ ਮੈਂ ਲਾਸ਼ ਅਕਬਰ ਦੀ ਚਾਹੀਆਂ ਦਾ ਜਮੀਂਦੀ ਨਹੀਂ ਮੈਂ ਬੇਕਸ ਤੂੰ ਮਾਤਮ ਕਿਉਂ ਨਾ ਕਰੇਂਦੇ ਜੀ ਜੀ ਕਰਾਂ ਜੀ ਜੀ ਮੇਰਾ ਭਾਈ ਹੱਥ ਨਾ ਬਣ ਮੈਂ ਨੌਕਰਾਂ ਜੀ ਕਰਾਂ ਮੈਂ ਕੌਣ ਜੀ ਕਰਾਂ ਬਾਬੂ ਦਾਨ ਕਿਤਨੀ ਲਾਸ਼ ਉਸ ਦੀ ਲਾਸ਼
मसला शरीयत दा बुढ़ा प्यो जवान पोत्र दा मैयत न चाहे अल्लाह जाने हुसैन जवान दा मैयत किवे चाया मैं कुंडो गो हुसैन आजी साल बुरकिया बिच इको अमड़ी पले दी रही थको 18 साल बुरकिया बिच इको अमड़ी पले दी रही तक रुबान छोड़िया ਆਲੀਆ ਬਜਲਾਸ ਕੋਈ ਸੱਜਤ ਬੈਠਾ ਮੈਨੂੰ ਮਾਫੀ ਦੀ ਵਿਆਹ ਇਮਾਮ ਪੁੱਤਰ ਨੂੰ ਚਾਹੀ ਆਂਦਾ ਹੈ ਅਕਬਰ ਬੋਲ ਅਕਬਰ ਅੱਖ ਬੰਦ ਨਾ ਕਰ ਅਕਬਰ ਅਕਬਰ ਆਦਾ ਬਾਬਾ ਕੋਈ ਮੇਰੀ ਭੈਣ ਦੀ ਖਬਰ ਆਈ ਹੈ ਕੋਈ ਨਾ ਅਕਬਰ ਆਦਾ ਬਾਬਾ ਕੋਈ ਸੁਗਰਾ ਭੈਣ ਦਾ ਖਾਤੀ ਆਇਆ ਹੈ ਕੋਈ ਨਾ ਇਮਾਮ ਨੂੰ ਕੋਈ ਵਸੀਅਤ ਯਾਦ ਆਈ ਏ ਇਮਾਮ ਰੋ ਕੇ ਆਦਨ ਮਦੀਨੇ ਭੈਣੋ ਸਿੱਖਦੀ ਰਹੀ ਮੈਂ ਸ਼ੇਰਾ ਵੀਰ ਕੋ ਪੈਸੋ ਉਹ ਭੈਣਾਂ ਦੀ ਅਸਰਤ ਹੁੰਦੀ ਹੈ ਨਾ ਮਦੀਨੇ ਭੈਣ ਸਿੱਖਦੀ ਰਹੀ ਮੈਂ ਸ਼ੇਰਾ ਵੀ ਰੁਕੂੰ ਪੈਸਾ ਦੀ ਲਗੋ ਨਜ਼ਰ ਗਈ ਏ ਮੈਂ ਵਸਦਾ ਘਰ ਲੁਟਾਈਆ ਸਦਕਾ ਸਦਕਾ ਅਕਬਰ ਦੀ ਅੱਖ ਬੰਦ ਹੋ ਗਈ ਏ ਇਮਾਮ ਬਾਂਦਾ ਬਾਂਦਾ ਜ਼ਮੀਨ ਤੇ ਬਹਿ ਗਿਆ ਇਮਾਮ ਰੋ ਕੇ ਫਰਮਾਇਦਾ ਬੀਬੀਆਂ ਜਲਦੀ ਆ ਆਲੀਆ ਭੱਜਿਆ ਕੁਲਸੂਮ ਭੱਜਿਆ ਅਕਬਰ ਦੀ ਮਾਂ ਭੱਜਿਆ ਫਿਜ਼ਾ ਦੀ ਕਿਉਂ ਸਰਦਾਰ ਇਮਾਮ ਫਰਮਾਇਦਾ ਮੈਡਾ ਅਕਬਰ ਕਜ਼ਾ ਕਰ ਗਏ ਆਏ ਹੁਸੈਨ ਦਾ ਸੋਹਣਾ ਬਚੜਾ